ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਪਰਨਾਲਾ ਪਹੁੰਚਣ ਤੇ ਸੰਗਤਾਂ ਵੱਲੋਂ ਬੜੀ ਗਰਮ ਖੁਸ਼ੀ ਨਾਲ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ। ਸਰ, ਇੱਕ ਇੰਟਰਨੈਸ਼ਨਲ ਨਗਰ ਕੀਰਤਨ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਹੁੰਦਾ ਪੰਜਾਬ ਦੀ ਧਰਤੀ, ਕਈ ਵੱਖਰੇ ਪੰਜਾਬ ਦੇ ਹੁੰਦਾ ਹੋਇਆ ਅੱਜ ਬਰਨਾਲਾ ਸ਼ਹਿਰ ਦੇ ਵਿੱਚ ਪੁੱਜ ਰਹੇ। ਸਰ, ਤੁਸੀਂ ਨਗਰ ਕੀਰਤਨ, ਸਰ ਤੁਸੀਂ ਵੀ ਨਿਕਲ ਹੋਣਾ, ਤੁਸੀਂ ਕੀ ਗੱਲ ਕਰਨਾ ਚਾਹੁੰਦੇ? ਦੇਖੋ ਜੀ, ਸਭ ਤੋਂ ਪਹਿਲਾਂ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਆ ਸਾਡੇ ਬਰਨਾਲਾ ਸ਼ਹਿਰ ਦੇ ਵਿੱਚ। ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਉੱਪਰ ਅੱਜ ਸਾਰੇ ਇੱਥੇ ਜਿਹੜਾ ਮੇਰਾ ਆਪਣਾ ਆ ਰਿਹਾ ਮਹਾਰਾਜ ਸਾਹਿਬ ਜੀ ਦੀ ਅੱਜ ਦਰਬਾਰ ਸਾਹਿਬ ਦੇ ਉੱਤੇ ਪਹੁੰਚੇ ਹਾਂ। ਇਸ ਕਰਕੇ ਅਸੀਂ ਨਗਰ ਕੀਰਤਨ ਦਾ ਧੰਨਵਾਦ ਕਰਦੇ ਹਾਂ, ਵੈਲਕਮ ਕਰਦੇ ਹਾਂ, ਉਹ ਸੱਚੇ ਪਾਤਸ਼ਾਹ ਦਾ ਅਰਦਾਸ ਕਰਦੇ ਹਾਂ ਅਤੇ ਸਾਡੇ ਸਾਰੇ ਸ਼ਹਿਰ ਦੇ ਉੱਪਰ, ਸਾਰੇ ਹਿੰਦੁਸਤਾਨ ਦੇ ਉੱਪਰ, ਸਾਰੇ ਜਿਵੇਂ ਬਾਬੇ ਨਾਨਕ ਨੇ ਕਿਹਾ ਤਾਂ ਭਾਈਵਾਲਤਾ ਦੇ ਨਾਲ ਉਹਨਾਂ ਨੇ ਕਿਹਾ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਬਹੁਤ ਕੁਛ ਆਪਾਂ ਨੂੰ ਸਿਖਾਇਆ, ਆਪਾਂ ਨੂੰ ਸਿੱਖਣਾ ਚਾਹੀਦਾ। ਅੱਜ ਸਾਰੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਲਈ ਨਨਕਾਣਾ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਪ੍ਰਧਾਨਮੰਤਰੀ ਇੱਥੇ ਆ ਰਿਹਾ, ਅਸੀਂ ਧੰਨਵਾਦ ਸਾਹਿਬ ਜੀ ਆਪਣੇ ਸ਼ਹਿਰ ਦੇ ਲਈ, ਅਸੀਂ ਇਸ ਕਰਕੇ ਇੱਥੇ ਹਾਜ਼ਰ ਹੋਏ ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰ ਸਕਦੇ। ਸਾਰੇ ਸੰਗਤਾਂ ਅੱਜ ਇੱਥੇ ਪਹੁੰਚੀਆਂ ਨੇ, ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ, ਕਿਉਂਕਿ ਸਾਡੇ ਤੋਂ ਉਹ ਸੱਚੇ ਪਾਤਸ਼ਾਹ ਬਾਬਾ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਸਾਹਿਬ ਦੀ 550ਵੇਂ ਸਾਲ 'ਤੇ ਆਪਣੇ 'ਤੇ ਜੋ ਬਖਸ਼ਿਸ਼ ਹੋਣੀ ਹੈ ਸਾਡੇ ਇਸ ਨਗਰ 'ਤੇ, ਸਾਡੇ ਇਸ ਇਲਾਕੇ 'ਤੇ, ਸਾਡੇ ਸੂਬੇ 'ਤੇ, ਸਾਡੇ ਦੇਸ਼ 'ਤੇ, ਹਮੇਸ਼ਾ ਜੋ ਬਾਬੇ ਨਾਨਕ ਦਾ ਭਲਾ ਕਰਨਾ ਭਲਾ ਕਰੇਗਾ, ਅਸੀਂ ਇਸ ਅਰਦਾਸ ਕਰਦੇ। ਨਗਰ ਕੀਰਤਨ ਦਾ ਠੇਰਾਓ ਗੁਰਦੁਆਰਾ ਸਾਹਿਬ ਤਾਪਸ ਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਕੀਤਾ ਗਿਆ, ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸਾਰੀ ਸੰਗਤ ਬੜੀਆਂ ਲੱਖ ਲੱਖ ਮੁਬਾਰਕਾਂ ਨੇ, ਭਾਵੇਂ ਉਹ ਸਿੱਖ ਹੈ ਭਾਵੇਂ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ, ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਮੰਨਦੇ ਆ, ਉਹਨਾਂ 'ਚ ਵਿਸ਼ਵਾਸ ਰੱਖਦੇ ਆ, ਸ਼ਰਧਾ ਰੱਖਦੇ ਆ ਜੀ। ਸੋ ਇਹ ਬੜੇ ਹੀ ਅੱਜ ਸਾਡੇ ਜਿਹੜੇ ਬਰਨਾਲਾ ਨਗਰ 'ਚ ਪਹੁੰਚਿਆ, ਸੋ ਸਮੁੱਚੇ ਸਾਰੇ ਜਿੰਨੇ ਭਾਈਚਾਰਿਆਂ 'ਚ ਸਾਰੇ ਬੜੇ ਖੁਸ਼ ਨੇ, ਇੱਥੇ ਪੰਜ ਘਰ ਸਾਰੇ ਅੱਜ ਅਸੀਂ ਇੱਥੇ ਇਕੱਤਰ ਹੋਇਆਂਗੇ। ਸੋ ਇਹ ਬੜੀ ਜਿਹੜੀ ਲੰਬੇ ਸਮੇਂ ਤੋਂ ਜਿਹੜੀਆਂ ਦਰਸਾਂ ਚੱਲਦੀਆਂ ਹੋਈਆਂ ਸੀ ਉਹ ਅੱਜ ਪੂਰੀਆਂ ਹੋਈਆਂ ਨੇਗੀਆਂ, ਅਤੇ ਅੱਜ ਜਿਹੜੇ ਉੱਥੋਂ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਚੱਲਿਆ, ਅੱਜ ਸਮੁੱਚੀ ਸੰਗਤ ਉਹਨਾਂ ਦਰਸ਼ਨ ਕਰਦੀ। ਦੇਖੋ ਜੀ, ਪਾਰਟੀਆਂ ਤਾਂ ਬੜੇ ਛੋਟੀ ਚੀਜ਼ ਰਹਿ ਗਈਆਂ, ਜਦੋਂ ਮੈਂ ਕਹਿੰਦਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮਤਲਬ ਕਿ ਐਡੇ ਮਹਾਨ ਗੁਰੂ ਸੀ, ਉਹਨਾਂ ਨੂੰ ਸਾਰੇ ਧਰਮ ਯੂਰਪ ਤੱਕ ਉਹਨਾਂ ਨੂੰ ਜਿਹੜੇ ਨੇ ਲੋਕ ਨੇ ਜਿਹੜੇ ਉਹ ਮੰਨਦੇ ਨੇਗੇ, ਕਿਤੇ ਕੋਈ ਨਾਨਕ ਲਾਮਾ ਦੇ ਨਾਮ 'ਤੇ ਮੰਨਦਾ, ਕੋਈ ਉਹਨਾਂ ਨੂੰ ਮੁਸਲਮਾਨ ਭਾਈਚਾਰਾ ਫਕੀਰ ਕਹਿੰਦਾ। ਸੋ ਬੜਾ ਵੱਡਾ ਉਹਨਾਂ ਦਾ ਹੋਇਆ, ਪਾਰਟੀਆਂ ਪੂਟੀਆਂ ਤਾਂ ਬੰਦਿਆਂ ਨੇ ਬਣਾਈਆਂ ਹੋਈਆਂ ਨੇਗੀਆਂ, ਬੜੀਆਂ ਛੋਟੀਆਂ ਚੀਜ਼ਾਂ ਨੇਗੀਆਂ। ਸੋ ਅੱਜ ਦੇ ਟਾਈਮ ਇੱਥੇ ਮਤਲਬ ਕਿ ਪਾਰਟੀਬਾਜ਼ੀ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਲੋਕ ਇੱਥੇ ਨਗਰ ਕੀਰਤਨ ਦੇ ਸਵਾਗਤ ਲਈ ਇੱਥੇ ਪਹੁੰਚਿਆ, ਨਗਰ ਕੀਰਤਨ ਦਰਸ਼ਨ ਕਰ ਰਿਹਾ। ਮੁਸਲਿਮ ਭਾਈਚਾਰੇ ਵੱਲੋਂ ਵੀ ਨਗਰ ਕੀਰਤਨ ਦਾ ਸਵਾਗਤ ਬੜੀ ਹੀ ਸ਼ਰਧਾ ਨਾਲ ਕੀਤਾ ਗਿਆ।
ਸਵੇਰੇ ਵੀ ਸਾਡਾ ਭਾਈਚਾਰਾ ਬਹੁਤ ਬੇਸਾਰੇ ਨਾਲ ਠੀਕ ਕਰ ਰਿਹਾ ਹੈ। ਸਾਨੂੰ ਬਹੁਤ ਖੁਸ਼ੀ ਆ, ਅਸੀਂ ਬਹੁਤ ਕਰ ਰਹੇ ਜਿਹੜਾ ਕਿ ਮਤਲਬ ਲਾਂਘਾ ਇੱਕ ਹੋ ਗਏ, ਲਹਿਦਾ ਪੰਜਾਬ ਚੜ੍ਹਦਾ ਪੰਜਾਬ ਸਾਰਾ ਇੱਕ ਹੋ ਗਿਆ, ਸਾਨੂੰ ਬਹੁਤ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਜਗ ਕੇ ਬੰਦੇ ਨੂੰ ਉਤਾਰ ਰਿਹਾ, ਅੱਜ ਬੜੀ ਵੱਡੀ ਕਿਰਪਾ ਹੋਈ ਹੈ। ਨਰਵਾੜਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਨਰਵਾੜਾ ਦੀ ਧਰਤੀ ਤੇ ਪਹੁੰਚ ਰਿਹਾ ਹੈ। ਸੰਗਤਾਂ ਹੁਣ ਆ ਕੇ ਉਹਨਾਂ ਦੇ ਸਵਾਗਤ ਲਈ ਇਕੱਠੀਆਂ ਹੋਈਆਂ ਨੇ। ਇਸ ਕਰਕੇ ਮੈਂ ਸਮਝਦਾ ਕਿ ਸਾਡੇ ਬਹੁਤ ਵੱਡੇ ਭਾਗ ਨੇ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਜਨਮ ਉਤਸਵ ਮਨਾਉਣ ਦਾ ਸਾਨੂੰ ਅਵਸਰ ਮਿਲਿਆ। ਸਾਰੇ ਅਲੱਗ ਅਲੱਗ ਵਧਾਈ ਬਰਨਾਲਾ ਵਾਸੀ ਸਾਰੇ ਨਿਹਾਲ ਨੇ ਅੱਜ, ਔਰ ਅੱਖਾਂ ਸਜਾਈ ਬੈਠੇ ਨੇ, ਉਡੀਕ ਰਹੇ ਨੇ। ਹੰਡਿਆਇਆ ਟੱਪ ਚੁੱਕਿਆ, ਜਿਵੇਂ ਤੁਸੀਂ ਦੇਖ ਰਹੇ ਹੋ, ਬਹੁਤ ਉਤਸ਼ਾਹ ਹੈ ਲੋਕਾਂ ਦੇ ਮਨਾਂ 'ਚ। ਭਾਗਾਂ ਵਾਲੇ ਨੇ ਵੀ ਉਹਨਾਂ ਦੀ ਇਸ ਉਮਰ 'ਚ ਇਹ ਸੁਹਾਗਾ ਦੇਣ ਆਇਆ। ਅਤੇ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਵੀ ਬਰਨਾਲਾ ਵਾਸੀਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਅੱਜ ਉਹਨਾਂ ਨੇ ਨਿਹਾਲ ਹੋ ਜਾਣਾ ਹੈ ਉਹਨਾਂ ਦੇ ਦਰਸ਼ਨ ਕਰਦੇ ਹੋਏ। ਇਸ ਅਵਸਰ 'ਤੇ ਹਲਕਾ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਮੀਥੇਅਰ, ਸੰਤ ਬਲਵੀਰ ਸਿੰਘ ਘੁਨਸ, ਗਗਨਜੀਤ ਸਿੰਘ ਬਰਨਾਲਾ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ, ਰਾਜੀਵ ਕੁਮਾਰ ਲੁੱਬੀ, ਰੁਪਿੰਦਰ ਗੁਪਤਾ, ਜਰਨੈਲ ਸਿੰਘ ਰਾਗੀ, ਸੰਤ ਕਾਦਰੀ ਜੀ ਸਮੇਤ ਸਾਰੀਆਂ ਸਿਆਸੀ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਅਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਅੰਮ੍ਰਿਤਸਰ ਸਾਹਿਬ ਤੋਂ ਆਪਾਂ ਕਹਿੰਦੇ ਹਾਂ ਖੁੱਲ੍ਹੇ ਦਰਸ਼ਨ ਨਿਦਾਰੇ, ਅੱਜ ਉਹਦੀ ਉਡੀਕ ਖਤਮ ਹੋ ਚੁੱਕੀ, ਕੁਝ ਮਹੀਨਿਆਂ ਬਾਅਦ ਵੀ ਕਰਤਾਰਪੁਰ ਤੋਂ ਸਿੱਧਾ ਲਾਂਘਾ ਖੁੱਲ੍ਹ ਜਾਣਾ, ਤੁਸੀਂ ਉਹਦੇ ਕੀ ਕਹਿਣਾ ਚਾਹੁੰਦੇ? ਸੰਗਤਾਂ ਦੀ ਜੋ 70 ਸਾਲ ਦੀ ਅਰਦਾਸ ਸੀ, ਔਰ ਗੁਰੂ ਸਾਹਿਬ ਅੱਗੇ ਅਰਦਾਸ ਸੀ 70 ਸਾਲ ਤੋਂ ਲੈ ਕੇ ਵੀ ਜਿਹਨਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਖਾਲਸਾ ਆਪਣੇ ਪਿਆਰੇ ਖਾਲਸਾ ਨੂੰ ਸਾਧ ਸੰਗਤ ਨੂੰ ਬਖਸ਼ਿਸ਼ ਕਰਨਾ। ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕਰੀ ਹੈ ਕਿ ਜੋ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 18 ਸਾਲ ਕਿਰਤ ਕਰਕੇ ਔਰ ਲੋਕਾਂ ਨੂੰ ਉਪਦੇਸ਼ ਦਿੱਤਾ, ਕਿਰਤ ਕਰਕੇ ਆਪਣਾ ਜੀਵਨ ਬਤੀਤ ਕਰਨਾ, ਇਸ ਕਰਕੇ ਉਹ ਰਸਤਾ ਖੁੱਲਿਆ ਹੈ। ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ। ਅੱਜ ਜੋ ਨਗਰ ਕੀਰਤਨ ਆਇਆ ਜੀ, ਤੇ ਪਾਕਿਸਤਾਨ ਤੋਂ ਇੰਟਰਨੈਸ਼ਨਲ ਨਗਰ ਕੀਰਤਨ ਆਇਆ, ਤੁਸੀਂ ਦਰਸ਼ਨ ਦਿਦਾਰੇ ਕਰਨ ਆਏ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਤਾਂ ਬਹੁਤ ਕਰਮਾਂ ਵਾਲੇ ਹਾਂ ਜਿਹੜੇ ਦਰਸ਼ਨ ਕੀਤੇ ਨੇ ਇਹਨਾਂ ਦੇ, ਸੰਗਤ ਦੇ ਦਰਸ਼ਨ ਕੀਤੇ, ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਜਿਹੜੇ ਸਾਨੂੰ ਆਪਣੇ ਆਪ ਇੰਨਾ ਦਾ ਮਾਣ ਮਹਿਸੂਸ ਹੋ ਰਿਹਾ ਵੀ ਸਾਨੂੰ ਇੰਨਾ ਇਹਨਾਂ ਦੇ ਥਰੂ ਮਤਲਬ ਕੀ ਆ, ਹੋਰ ਵੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਵੀ ਗੁਰੂ ਮਹਾਰਾਜ ਸ਼ਸਤਰਾਂ ਬਾਰੇ ਜਾਣਕਾਰੀ ਮਿਲਦੀ ਆ, ਇਤਿਹਾਸ ਹੋਇਆ ਜਾਂਦਾ ਵੀ ਮਤਲਬ ਨੌਲੇਜ ਮਿਲਦੀ ਹੈ ਇਹਦੇ ਥਰੂ। ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਵੀ ਇੱਥੇ ਦਰਸ਼ਨ ਕਰਨਾ ਹੈ ਮਹਾਰਾਜ ਦੇ, ਸਾਨੂੰ ਹੋਰ ਵੀ ਸ਼ਾਸਤਰਾਂ ਬਾਰੇ ਜਾਣਕਾਰੀ ਮਿਲਦੀ ਹੈ, ਉਹਨਾਂ ਨੇ ਕਿਹੜੇ ਕਿਹੜੇ ਸ਼ਾਸਤਰ ਨੇ ਜਾਣ ਕੀਤਾ ਆ, ਇਹ ਤਾਂ ਸਭ ਕੁਛ ਸਭ। ਬਰਨਾਲਾ ਤੋਂ ਅਮਨਦੀਪ ਸਿੰਘ ਰਾਠੌਰ ਦੇ ਨਾਲ ਕ੍ਰਿਸ਼ਨ ਸਿੰਘ ਸੰਘੇੜਾ ਦੀ ਰਿਪੋਰਟ, ਦਾ ਨਿਊਜ਼ ਪੰਜਾਬ, ਚੰਡੀਗੜ੍ਹ।